ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਤੁਸੀਂ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਿਆ ਹੈ ਤਾਂ ਇਸ ਵੀਡੀਓ ਨੂੰ ਪੂਰਾ ਦੇਖਿਓ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਬਿਨਾ ਕੋਚਿੰਗ ਤੋਂ ਬਿਨਾ ਪੇਡ ਕੋਰਸ ਲਏ ਕਿਵੇਂ ਪੰਜਾਬ ਪੁਲਿਸ ਦੇ ਪੇਪਰ ਦੀ ਤਿਆਰੀ ਘਰ ਬੈਠ ਕੇ ਕਰ ਸਕਦੇ ਹੋ ਤੇ ਆਸਾਨੀ ਨਾਲ ਰਿਟਰਨ ਐਗਜ਼ਾਮ ਹੈ ਜਿਹੜਾ ਉਹ ਕਲੀਅਰ ਕਰ ਸਕਦੇ ਹੋ ਰਿਟਰਨ ਐਗਜ਼ਾਮ ਦੇ ਨਾਲ-ਨਾਲ ਤੁਸੀਂ ਫਿਜ਼ੀਕਲ ਐਗਜ਼ਾਮ ਦੀ ਤਿਆਰੀ ਵੀ ਕਰਨੀ ਹੈ ਦੋਨੋਂ ਹੀ ਐਗਜ਼ਾਮ ਜ਼ਰੂਰੀ ਹੈ ਰਿਟਰਨ ਵੀ ਤੇ ਫਿਜ਼ੀਕਲ ਵੀ ਦੋਨੋਂ ਹੀ ਨਾਲ ਦੀ ਨਾਲ ਤੁਸੀਂ ਤਿਆਰੀ ਕਰਦੇ ਰਹਿਣਾ ਹੈ ਠੀਕ ਹੈ ਅਤੇ ਰੀਟਰਨ एग्जाम ਤੁਹਾਡਾ ਪਹਿਲਾ ਹੋਣਾ ਹੈ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਇਹ ਵੀ ਦੱਸੂਗਾ ਤੁਸੀਂ ਕਿਹੜੇ ਸਬਜੈਕਟ ਲਈ ਕਿਹੜੀ ਫੋਲੋ ਕਰਨੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫ੍ਰੀ ਦੇ ਵਿੱਚ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ ਸਾਡਾ ਇੱਕ ਹੋਰ ਚੈਨਲ ਹੈ ਸਟੱਡੀ ਐਂਡ ਇਨਫੋ ਅਤੇ ਜੀਕੇ ਫੈਕਟਸ ਦੋਨਾਂ ਚੈਨਲ ਦੇ ਉੱਤੇ ਅਸੀਂ ਫ੍ਰੀ ਦੇ ਵਿੱਚ ਸਿਲੇਬਸ ਦੇ ਅਕੋਰਡਿੰਗ ਟੌਪਿਕ ਵਾਈਜ਼ ਤੁਹਾਡੀ ਤਿਆਰੀ ਕਰਵਾ ਦੇਣੀ ਹੈ ਹਾਰਿਕ ਸਬਜੈਕਟ ਦੀ ਤੁਹਾਨੂੰ ਡੇਲੀ ਵੀਡੀਓ ਮਿਲੇ ਕਰੇਗੀ ਦੋਨਾਂ ਚੈਨਲ ਦੇ ਉੱਤੇ ਅਲੱਗ-ਅਲੱਗ ਵੀਡੀਓਜ਼ ਮਿਲਣਗੀਆਂ ਅਲੱਗ-ਅਲੱਗ ਸਬਜੈਕਟ ਦੀਆਂ ਦੋਨੇ ਹੀ ਚੈਨਲਾਂ ਦੇ ਉੱਤੇ ਸੋ ਦੋਨਾਂ ਚੈਨਲਾਂ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦੇਣੀ ਹੈ ਅਤੇ ਦੋਨਾਂ ਚੈਨਲਾਂ ਦਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲੈਣਾ ਹੈ ਡਿਸਕ੍ਰਿਪਸ਼ਨ ਵਿੱਚ ਮੈਂ ਚੈਨਲ ਦਾ ਲਿੰਕ ਵੀ ਦੇ ਦੂੰਗਾ ਅਤੇ ਟੈਲੀਗ੍ਰਾਮ ਦਾ ਵੀ ਲਿੰਕ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਲਿਓ ਠੀਕ ਹੈ ਜੇ ਤੁਸੀਂ ਵਧੀਆ ਢੰਗ ਨਾਲ ਸਿਲੇਬਸ ਦੇ ਅਕੋਰਡਿੰਗ ਟੌਪਿਕ ਵਾਈਜ਼ ਤਿਆਰੀ ਕਰਨੀ ਹੈ ਬਿਲਕੁਲ ਫ੍ਰੀ ਦੇ ਵਿੱਚ ਤਾਂ ਦੋਨਾਂ ਚੈਨਲਸ ਨੂੰ ਸਬਸਕ੍ਰਾਈਬ ਕਰ ਲਓ ਹੁਣ ਮੈਂ ਦੱਸੂਗਾ ਕਿਵੇਂ ਤੁਸੀਂ ਕਿਹੜੀ-ਕਿਹੜੀ ਬੁੱਕ ਫੋਲੋ ਕਰਨੀ ਹੈ ਅਤੇ ਕਿਵੇਂ ਤੁਸੀਂ ਪੀਡੀਐਫ ਲੈ ਸਕਦੇ ਹੋ ਬੁੱਕ ਦੀ ਫ੍ਰੀ ਦੇ ਵਿੱਚ ਸਭ ਤੋਂ ਪਹਿਲਾਂ ਜੀਕੇ ਦੀ ਗੱਲ ਕਰੀਏ ਜੀਕੇ ਦੇ ਲਈ ਤੁਸੀਂ ਲੂਸੈਂਡ ਤੇ ਅਰੀਅੰਤ ਦੀ ਬੁੱਕ ਫੋਲੋ ਕਰਨੀ ਹੈ ਰੀਜ਼ਨਿੰਗ ਤੇ ਮੈਥ ਦੇ ਲਈ ਆਰਐਸ ਅਗਰਵਾਲ ਦੀ ਬੁੱਕ ਫੋਲੋ ਕਰਨੀ ਹੈ ਇਹ ਸਾਰੀਆਂ ਬੁੱਕ ਤੁਹਾਨੂੰ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਣਗੀਆਂ ਬਿਲਕੁਲ ਫ੍ਰੀ ਦੇ ਵਿੱਚ ਬਾਕੀ ਜੋ ਇੰਪੋਰਟੈਂਟ ਕੁਐਸਚਨ ਹੋਣਗੇ ਟੌਪਿਕ ਵਾਈਜ਼ ਉਹ ਅਸੀਂ ਆਪਣੇ ਚੈਨਲਾਂ ਉੱਤੇ ਤੁਹਾਨੂੰ ਕਰਵਾ ਦੇਣੇ ਆ ਡੇਲੀ ਤੁਹਾਨੂੰ ਵੀਡੀਓਜ਼ ਬਿਲਕੁਲ ਫਰੀ ਦੇ ਵਿੱਚ ਮਿਲਣਗੀਆਂ ਉਸ ਤੋਂ ਅੱਗੇ ਆਪਾਂ ਗੱਲ ਕਰੀਏ ਪੰਜਾਬ ਜੀ ਕੇ ਪੰਜਾਬ ਜੀ ਕੇ ਲਈ ਤੁਸੀਂ ਸਾਡਾ ਪੰਜਾਬ ਬੁੱਕ ਫੋਲੋ ਕਰਨੀ ਹੈ ਸਾਡਾ ਪੰਜਾਬ ਬੁੱਕ ਵਿੱਚ ਤੁਹਾਡੀ ਪੰਜਾਬ ਜੀ ਕੇ ਕਵਰ ਹੋ ਜਾਣੀ ਹੈ ਬਾਕੀ ਇੰਪੋਰਟੈਂਟ ਕੁਐਸਚਨ ਤੁਹਾਨੂੰ ਚੈਨਲ ਉੱਤੇ ਮਿਲ ਜਾਣੇ ਕੰਪਿਊਟਰ ਦੇ ਲਈ ਅਰੀਅੰਤ ਦੀ ਬੁੱਕ ਕੰਪਿਊਟਰ ਦੀ ਤਿਆਰੀ ਤੁਹਾਡੀ ਪੰਜਾਬੀ ਵਿੱਚ ਕਰਵਾਈ ਜਾਵੇਗੀ ਇਸ ਚੈਨਲ ਦੇ ਉੱਤੇ ਸਾਰੀ ਤੁਹਾਡੀ ਤਿਆਰੀ ਪੰਜਾਬੀ ਦੇ ਵਿੱਚ ਬਿਲਕੁਲ ਸੌਖੀ ਲੈਂਗੁਏਜ ਵਿੱਚ ਕਰਵਾਈ ਜਾਵੇਗੀ ਉਸ ਤੋਂ ਅੱਗੇ ਪੰਜਾਬੀ ਗ੍ਰਾਮਰ ਪੰਜਾਬੀ ਗ੍ਰਾਮਰ ਲਈ 8ਵੀਂ 9ਵੀਂ 10ਵੀਂ ਦੀ ਤੁਸੀਂ ਪੰਜਾਬੀ ਗ੍ਰਾਮਰ ਦੀ ਬੁੱਕ ਨੂੰ ਫੋਲੋ ਕਰਨੀ ਹੈ ਠੀਕ ਹੈ ਉਸ ਤੋਂ ਬਾਅਦ ਇੰਗਲਿਸ਼ ਇੰਗਲਿਸ਼ ਦੇ ਲਈ ਤੁਸੀਂ ਲੂਸਨ ਦੀ ਬੁੱਕ ਫੋਲੋ ਕਰ ਸਕਦੇ ਹੋ ਅਤੇ ਇੰਗਲਿਸ਼ ਦੇ ਕੁਐਸਚਨ ਵੀ ਅਸੀਂ ਪਾ ਦੇਣੇ ਆਪਣੇ ਚੈਨਲਾਂ ਦੇ ਉੱਤੇ ਸੋ ਦੋਨਾਂ ਚੈਨਲਾਂ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਉਣਾ ਹੈ ਅਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਕਿਉਂਕਿ ਅਸੀਂ ਫ੍ਰੀ ਦੇ ਵਿੱਚ ਸੇਵਾ ਹੀ ਕਰ ਰਹੇ ਹਾਂ ਤੁਸੀਂ ਵੀ ਥੋੜਾ ਜਿਹਾ ਯੋਗਦਾਨ ਪਾ ਸਕਦੇ ਹੋ ਸੇਵਾ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਸਭ ਦਾ ਭਲਾ ਹੋ ਸਕੇ ਇੱਕ ਕਿਸੇ ਵੀ ਕੈਂਡੀਡੇਟ ਕੋਲੋਂ ਇਸ ਇਹਨਾਂ ਚੈਨਲਾਂ ਉੱਤੇ ਕੋਈ ਵੀ ਰੁਪਿਆ ਨਹੀਂ ਲਿਆ ਜਾਵੇਗਾ ਬਿਲਕੁਲ ਫ੍ਰੀ ਦੇ ਵਿੱਚ ਤਿਆਰੀ ਕਰਵਾਈ ਜਾਵੇਗੀ ਅਤੇ ਜੇ ਤੁਸੀਂ ਸਪੈਸ਼ਲ ਬੁੱਕ ਦੀ ਵੇਟ ਕਰ ਰਹੇ ਹੋ ਸਪੈਸ਼ਲ ਬੁੱਕ ਵਿੱਚੋਂ ਕਦੇ ਵੀ ਪੂਰਾ ਸਿਲੇਬਸ ਨਹੀਂ ਆਉਂਦਾ ਸਿਰਫ 10 ਤੋਂ 20% ਸਿਲੇਬਸ ਹੀ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸੋ ਸਪੈਸ਼ਲ ਬੁੱਕ ਦੇ ਸਾਰੇ ਨਾਲਿਓ ਸਾਰੇ ਨਾਲ ਰਹੋ ਜੋ ਮੈਂ ਬੁੱਕਸ ਦੱਸੀਆਂ ਇਹਨਾਂ ਨੂੰ ਫੋਲੋ ਕਰਿਓ ਅਤੇ ਸਾਡੇ ਚੈਨਲਾਂ ਨੂੰ ਫੋਲੋ ਕਰਕੇ ਤੁਸੀਂ ਵਧੀਆ ਪੇਪਰ ਦੇ ਸਕਦੇ ਹੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਡਿਸਕ੍ਰਿਪਸ਼ਨ ਵਿੱਚ ਜਾ ਕੇ ਸਾਰੇ ਲਿੰਕ ਚੈੱਕ ਕਰ ਲਿਓ ਤੇ ਫੋਲੋ ਕਰ ਲਿਓ ਧੰਨਵਾਦ